ਜੀ ਰੋਸ਼ਨੀ ਹੈ ਨੀ ਕੰਮ ਕਰਦੇ ਚਲਦੇ ਤੇ ਇਲਾਜ ਲੂਜ ਨੀ ਕਰਵਾਇਆ ਇਲਾਜ ਗਏ ਹਾਂ ਤੇ ਉਹ ਸਾਡੇ ਕੋਲ ਪੈਸਾ ਤੇ ਲੈਣੇ ਗਰੀਬ ਬੰਦੇ ਆ ਅਸੀਂ ਕਿੱਥੋਂ ਕਰਾਉਣਾ ਹਾਲਾਤ ਕੋਈ ਨੀ ਜੀ ਅਸੀਂ ਦੋਵੇਂ ਭੈਣ ਭਰਾ ਗਏ ਆ ਸਾਨੂੰ ਦਿੱਕਤ ਨੀ ਆ ਕੋਈ ਪਿੰਡ ਦੇ ਕਿਸੇ ਮੋਹਦਵਾਰ ਨੇ ਬੱਤੀ ਨੀ ਲਵਾ ਕੇ ਦਿੱਤੀ ਨਾ ਜੀ ਨਾ ਤੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਤੁਹਾਡਾ ਗੁਜ਼ਾਰਾ ਇਸ ਤਰ੍ਹਾਂ ਜੀ ਕੋਈ ਪੁੰਨਾ ਰੱਥੀ ਦੇ ਜਾਂਦਾ ਤਾਂ ਉਹਦਾ ਟਾਈਮ ਸਾਰਦੇ ਸਾਨੂੰ ਕੋਈ ਨਾ ਕੋਈ ਮਿਲਣਾ ਚਾਹੀਦਾ ਮੰਗ ਕਰਦੇ ਇਹਦੇ ਮੰਗ ਸਾਡੀ ਇਹੋ ਜਿਹੀ ਸਰਦਾਰ ਜੀ ਸਾਡਾ ਇਲਾਜ ਕਰਾਇਆ ਜਾਵੇ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਮਾਂ ਕੋ ਅਸੀਂ ਗਰੀਬ ਬੰਦੇ ਹਾਂ ਸਾਡੀ ਤੇ ਇਹੋ ਬੇਨਤੀ ਤੁਹਾਡੇ ਘਰ ਕੀ ਗੱਲ ਹੋਈ ਅੱਖਾਂ ਨੂੰ ਮੈਂ ਰੋਸ ਨਹੀਂ ਚੱਲ ਗਈ ਕੰਮ ਕੰਮ ਕਰਦੇ ਹਾਂਜੀ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਕੋਈ ਲੈਟਰਿੰਗ ਬਾਥਰੂਮ ਵੀ ਵੇਖਣ ਦੇ ਨਾ ਪਾਣੀ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਹਾਂ ਕਿ ਸਾਡਾ ਇਲਾਜ ਕਰਾਇਆ ਜਾਵੇ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ ਇਹ ਜਿਹੜੇ ਭੈਣ ਭਰਾ ਨੇ ਕੀ ਗੱਲ ਹੈ ਇਹਨਾਂ ਨੂੰ ਕੀ ਇਹਨਾਂ ਨੂੰ ਸਰ ਜੀ ਪਿੱਛੇ ਤੋਂ ਹੀ ਇੱਦਾਂ ਹੀ ਕਿ ਮਤਲਬ ਦੋਵਾਂ ਭੈਣ ਭਰਾਵਾਂ ਨੂੰ ਨਹੀਂ ਦਿੱਤਾ ਇਹਨਾਂ ਦੀ ਜੋ ਵੀ ਮਤਲਬ ਕਿ ਸੇਵਾ ਸਹੂਲਤ ਇਹਨਾਂ ਨੂੰ ਦਿੱਤੀ ਜਾਵੇ ਕੋਈ ਵੀ ਇਹਨਾਂ ਦਾ ਤੁਹਾਨੂੰ ਚਲੋ ਦੇਸੀ ਰਿਹਾ ਜੋ ਘਰ ਬਾਹਰ ਬਾਰੇ ਵੀ ਘਰ ਦੇ ਕੀ ਹਾਲਾਤ ਨੇ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਆ ਜੀ ਤੁਸੀਂ ਵੇਖ ਹੀ ਰਿਹਾ ਕਿ ਜੋ ਵੀ ਆ ਨਾ ਕੋਈ ਪ੍ਰਸ਼ਾਦਾ ਪਾਣੀ ਇੱਦਾਂ ਹੀ ਛਕਦੇ ਛਕਾਉਂਦੇ ਨਾ ਕੋਈ ਬਾਥਰੂਮ ਲੈਟਰਿੰਗ ਕੋਈ ਵੀ ਇਹਨਾਂ ਦੇ ਘਰ ਦਾ ਸਰਕਲ ਨਹੀਂ ਸਹੀ ਹੈਗਾ ਇਹਨਾਂ ਨੂੰ ਜੋ ਵੀ ਸਹੂਲਤ ਜੋ ਵੀ ਇਹ ਸਰਕਾਰ ਵੱਲੋਂ ਚਾਹੇ ਕਿੱਦਾਂ ਵੀ ਕਿਸੇ ਦੀ ਸਹਾਇਤਾ ਕੋਈ ਵੀ ਇਹਨਾਂ ਦੀ ਕਰ ਸਕਦਾ ਵਾ ਬੱਤੀ ਦਾ ਕਿੱਥੇ ਕੀ ਹਾਲ ਹੈ ਕੋਈ ਹਾਲ ਨਹੀਂ ਕੋਈ ਬਿਜਲੀ ਦਾ ਕੋਈ ਇਹਨਾਂ ਦਾ ਬਿੱਲ ਨਹੀਂ ਤਾਰਨ ਜੋਗਾ ਕੋਈ ਵੀ ਇਹਨਾਂ ਦਾ ਮਤਲਬ ਸਰਕਲ ਨਹੀਂ ਹੈਗਾ ਕੀ ਹੁਣ ਮੰਗ ਕਰਦੇ ਹੁਣ ਸਾਰੇ ਇਹਨਾਂ ਦਾ ਕੋਈ ਬਾਥਰੂਮ ਲੈਟਰਿੰਗ ਘਰ ਬੂਹਾ ਸੋਹਣਾ ਬਣਾ ਕੇ ਦਿੱਤਾ ਜਾਵੇ ਕੋਈ ਰਸੋਈ ਰਸਾ ਵੀ ਬਣਾ ਕੇ ਦਿੱਤਾ ਜਾਵੇ ਇਹਨਾਂ ਨੂੰ ਤੇ ਲੀੜਾ ਕੱਪੜਾ ਚਲੋ ਪ੍ਰਸ਼ਾਦਾ ਪਾਣੀ ਵੀ ਇਹਨਾਂ ਨੂੰ ਮਿਲੇ ਕੋਈ ਇਲਾਜ ਦਾ ਕੀ ਸਿਸਟਮ ਇਲਾਜ ਦਾ ਸਰ ਕਰਵਾਉਣਾ ਚਾਹੀਦਾ ਇਹਨਾਂ ਦਾ ਇਲਾਜ ਦਾ ਤੇ ਬਹੁਤ ਜ਼ਰੂਰਤ ਆ ਜੇ ਇਹਨਾਂ ਨੂੰ ਕਿਤੇ ਦਿਖਣ ਲੱਗ ਜਾਈਏ